ਮੁੰਡਾ ਦੇਖ ਲੈ ਬਾਈ ਹੁਣ ਹੁਣ ਜਿਮ ਤੋਂ ਆਇਆ ਤੇ ਆਉਣ ਸਾਰ ਇਹਨੇ ਬੰਦੇ ਨੇ ਏਸੀ ਲਾ ਕੇ ਹੁਣ ਸੌ ਜਾਣਾ ਫਤਿਹ ਕੀ ਹੁੰਦਾ ਵਾ ਕੀ ਕਰੀਏ ਸ਼ੂਟ ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਹੋਰ ਨਵੇਂ ਫਰੈਸ਼ ਵਲੌਗ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ। ਤੁਸੀਂ ਵੀ ਗਾਈਸ ਸੋਚਦੇ ਹੋਵੋਗੇ ਹੈ ਨਾ ਮੈਂ ਮਤਲਬ ਅੱਜ ਇੱਥੋਂ ਸਟਾਰਟਿੰਗ ਕਿਵੇਂ ਕਰਦਾ, ਅਤੇ ਬਾਕੀ ਯਾਰ ਥੋੜ੍ਹਾ ਥੋੜ੍ਹਾ ਬਿਜ਼ੀ ਚੱਲ ਰਿਹਾ ਪਿਆ ਥੋੜ੍ਹੇ ਦਿਨਾਂ ਤੋਂ, ਉੱਥੋਂ ਲਗਾਤਾਰ ਸ਼ੂਟ ਚੱਲਦੇ ਪਏ ਆ, ਮਤਲਬ ਕਦੇ ਹਰਸ਼ ਨਾਲ ਕਦੇ ਆਪਦੇ ਸਾਡੇ ਖੁਦ ਦੇ, ਰਾਤ ਵੀ ਮਤਲਬ ਇੱਥੇ ਸਾਨੂੰ ਕਾਫੀ ਹਨੇਰਾ ਹੋ ਗਿਆ, ਫਿਰ ਮੈਂ ਇੱਥੇ ਹੀ ਰੁਕ ਗਿਆ ਸੀਗਾ। ਬਾਕੀ ਇੱਧਰ ਆਪਣਾ ਕੈਮਰਾਮੈਨ ਬੈਠਾ ਹੋਇਆ, ਇਹ ਐਡੀਟਿੰਗ ਕਰੀ ਜਾਂਦਾ, ਇੱਕ ਵੀਡੀਓ ਬਹੁਤ ਜਲਦੀ ਆਊਗੀ। ਬਾਕੀ ਯਾਰ ਆਪਾਂ ਤੁਹਾਨੂੰ ਦਿਖਾਵਾਂਗੇ ਆਪਣਾ ਹੈਗਾ ਅੱਜ ਵੀ ਇੱਕ ਸ਼ੂਟ ਆਪਣਾ, ਇੱਕ ਮਤਲਬ ਆਪਣੇ ਨਿਸ਼ਾ ਫਤਿਹ ਬੰਸ 'ਤੇ ਆਉਣੀ ਹੈ ਇੱਕ ਵੀਡੀਓ, ਅਤੇ ਯਾਰ ਤੁਹਾਨੂੰ ਮੈਂ ਅੱਜ ਪੂਰਾ ਸ਼ਡਿਊਲ ਦਿਖਾਊਂਗਾ ਵੀ ਆਪਾਂ ਕਿੱਥੇ ਕਿੱਥੇ ਕਿਵੇਂ ਬਿਜ਼ੀ ਰਹਿੰਦੇ, ਕਿੰਨਾ ਕੁ ਬਿਜ਼ੀ ਰਹਿੰਦੇ, ਕਿੰਨਾ ਕੁ ਆਪਣਾ ਕੰਮ ਆ, ਮੈਂ ਤੁਹਾਨੂੰ ਪੂਰਾ ਇਸ ਵਲੋਗ 'ਚ ਤੁਹਾਨੂੰ ਦਿਖਾਊਂਗਾ, ਸ਼ੁਰੂ ਤੋਂ ਲੈ ਕੇ ਲਾਸਟ ਤੱਕ ਵਲੋਗ ਨੂੰ ਜ਼ਰੂਰ ਦੇਖਿਓ। ਫਾਈਨਲੀ ਹਰਸ਼ ਜਗਰਾਉਂ ਜੀ ਹੁਣ ਆ ਚੁੱਕੇ, ਆਪਾਂ ਦੇਖ ਲਓ ਆਪਾਂ ਕਦੋਂ ਦੀ ਆਪਾਂ ਇਹਦੀ ਵੇਟ ਕਰੀ ਜਾਂਦੇ ਹਾਂ ਯਾਰ, ਅਤੇ ਸ਼ਕਲ ਯਾਰ ਬਹੁਤ ਸੋਹਣੀ ਹੁੰਦੀ ਬਈ, ਆ ਪ੍ਰੋਫੈਸ਼ਨਲ ਦੇਖ ਲੈ ਕਿੰਨਾ ਸੋਹਣਾ ਲੱਗਦਾ ਵੀ, ਤੂੰ ਤਾਂ ਸੋਹਣਾ ਲੱਗੇਗਾ ਹੀ। ਓਏ ਜਿੰਨੇ ਆਪਣੇ ਵਿਊਅਰਸ ਆ ਜਿੰਨੇ ਸਬਸਕ੍ਰਾਈਬਰ ਆ ਸਾਰੇ ਵੇਟ ਕਰਦੇ ਪਏ ਸੀਗੇ ਬੁੱਝਾ, ਝੂਠ ਬੋਲੀ ਜਾਂਦੇ ਆ ਯਾਰ। ਮੁੰਡਾ ਦੇਖ ਲੈ ਬਾਈ ਹੁਣ ਹੁਣ ਜਿਮ ਤੋਂ ਆਇਆ ਤੇ ਆਉਣ ਸਾਰ ਇਹਨੇ ਬੰਦੇ ਨੇ ਏਸੀ ਲਾ ਕੇ ਹੁਣ ਸੌ ਜਾਣਾ ਪਹਿਲਾਂ। ਤੇ ਗਾਈਸ ਇਹ ਸਾਡਾ ਯੂਵਨ ਦਾ ਵਾਇਰਡ ਮਾਈਕ ਸੀਗਾ, ਹੈ ਨਾ, ਤੁਸੀਂ ਦੇਖ ਸਕਦੇ ਅਸੀਂ ਸੰਭਾਲ ਕੇ ਜਮਾ ਨਹੀਂ ਰੱਖਿਆ ਸੀ, ਉਲਝਣਾ ਦੇਖੋ ਕਿੰਨੀਆਂ ਪੈ ਚੁੱਕੀਆਂ ਅਤੇ ਹੁਣ ਅਸੀਂ ਉਹੀ ਕੱਢਣ ਦੀ ਕੋਸ਼ਿਸ਼ ਕਰਦੇ ਪਏ ਹਾਂ, ਬਾਕੀ ਦੇਖੋ ਅੱਗੇ ਵਲੌਗ 'ਚ। ਫਤਿਹ ਬੋਲੂ ਆ ਕੇ ਹੁਣ ਤੈਨੂੰ, ਫਤਿਹ ਬੋਲੂ ਆ ਕੇ ਹੁਣ ਤੈਨੂੰ ਕੀ ਕਹੇਗਾ ਉਹਨੂੰ, ਫਤਿਹ ਕੀ ਹੁੰਦਾ ਵਾ, ਅੱਛੀ ਫਤਿਹ ਕਹਿੰਦੇ ਹੋ ਸਾਡੇ ਨਾਲ ਪੜਦਾ, ਤੂੰ ਤਾਂ ਨਿਕਲ ਜਾ ਵਾ, ਕਿੱਧਰੋਂ ਆਏ ਹੋ ਆਪਾਂ, ਕਿੱਧਰੋਂ ਆਏ ਮੈਂ ਸ਼ੂਟ ਕਰਕੇ ਆਇਆ ਹੁਣੇ ਹੁਣੇ ਅੰਦਰੋਂ ਕੱਲਾ ਨਹੀਂ, ਪਤਾ ਕੀ ਮੈਂ ਡਾਇਲੌਗ ਰੀਡ ਕਰਦਾ ਸੀ, ਫੋਨ ਤੇ ਤੇਰੇ ਡਾਇਲੌਗ ਬਾਹਰ ਦੀ ਕਾਪੀ ਪਈ ਆ ਫੋਨ ਤੇਰਾ, ਮੇਰੇ ਕੋਲ ਦਿਮਾਗ 'ਚ ਹੁੰਦੇ ਇੰਨੇ ਕਿ ਦੋ ਤਾਂ ਡਾਇਲੌਗ ਸੀਗੇ, ਪਰਸਨਲ ਕੰਮ ਗਿਆ ਸੀ ਬਈ, ਨਹੀਂ ਦੱਸ ਸਕਦਾ ਇਨ ਸਕਰੀਨ ਸੀ ਆਈਡੀ ਥਾ ਥਾ ਮੱਲੀਏ ਚੱਕਰੀ ਖਰਾਬ ਕਰਤੀ, ਅਰੇ 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 ਇਧਰ ਸਰ ਹੁਣ ਲੁੰਦੇ ਪਏ ਹਨਾ ਪਾ, ਅਰੇ ਖਾ ਦੇ ਖਾ ਦੇ ਕਿੱਧਰ ਛੱਡੀ 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 ਮਾਈਕ ਹੀ ਨਹੀਂ ਯਾਰ ਸੱਟਣ ਦਾ ਪਿਆ, ਕਾਕਿਆ ਲਮਟਾ ਤਾਂ ਤੂੰ ਸ਼ਿੰਗੂ ਪਰੀ ਦੇ ਤੇ ਪਾਲੇ ਇੱਥੋਂ ਸਹੀ ਰਹੂਗਾ, ਇੱਥੇ ਉਹਦੀ ਆਵਾਜ਼ ਵੀ ਆਊਗੀ ਨਾ ਤਾਂ ਕੋਈ ਚੱਕਰ ਨਹੀਂ ਹੋਊਗਾ, ਹੁਣ ਫੇਰ ਕਰੀਏ ਸ਼ੂਟ ਚਲੋ ਓਕੇ ਡਨ। ਗਾਈਜ਼ ਇੱਥੇ ਹਰਸ਼ ਦੇ ਸ਼ੂਟ ਚੱਲਦੇ ਪਏ ਸੀਗੇ, ਤਾਂ ਜਸਟ ਉਹਦਾ ਕੈਮਰਾ ਔਨ ਕੀਤਾ ਹੋਇਆ ਸੀ ਆਪਾਂ ਵਲੋਗਿੰਗ ਕਰਨ ਲਈ, ਅਤੇ ਬਾਕੀ ਉਹਦੀ ਵੋਇਸ ਵਗੈਰਾ ਆਪਾਂ ਬੋਲ ਨਹੀਂ ਸੀ ਉੱਤੇ ਸਕਦੇ ਬਿਕੋਜ਼ ਉਹਦਾ ਮਾਈਕ 'ਚ ਆਵਾਜ਼ ਆ ਰਹੀ ਸੀ, ਅਤੇ ਉਹਦੇ ਕਰਕੇ ਮੈਂ ਆਪਣੀ ਅਲੱਗ ਤੋਂ ਵੋਇਸ ਲਗਾ ਰਿਹਾ ਵਾਂ, ਅਤੇ ਬਾਕੀ ਯਾਰ ਇਹ ਵਲੋਗ ਤੁਹਾਨੂੰ ਕਿਵੇਂ ਲੱਗ ਰਿਹਾ ਦੇਖੀ ਚੱਲੋ, ਹੈ ਨਾ, ਮੈਂ ਆਪਾਂ ਜਿੰਨੇ ਵੀ ਐਫਰਟਸ ਲਾਉਂਦੇ ਆਪਾਂ ਤੁਹਾਨੂੰ ਸਾਰੇ ਵਲੋਗ 'ਚ ਦਿਖਾਈ ਜਾਂਦੇ ਹਾਂ, ਤਾਂ ਬਾਕੀ ਤੁਸੀਂ ਵੀ ਅੱਗੇ ਦੇਖੋ ਇਹ ਵਲੋਗ ਨੂੰ। ਸੱਚੀ ਏਡਾ ਕੀ ਪੀਜ਼ਾ ਸੀ ਬਈ, ਪਹਿਲਾਂ ਸੀ ਤੂੰ ਪਹਿਲਾਂ ਪੀਜ਼ਾ ਮੰਗਾਇਆ ਹੈ ਨਾ ਇੱਕ, ਉਹਦਾ ਸਾਈਜ਼ ਏਡਾ ਸੀ ਯਾਰ, ਅੰਗਰ ਹੱਥ ਰੱਖੀ ਫੋਟੋ 'ਚ ਜ਼ਿਆਦਾ ਵੀਡੀਓ 'ਚ ਜ਼ਿਆਦਾ ਵੱਡਾ ਦਿਖ ਰਿਹਾ ਸੀਗਾ, ਪਰ ਸੀਰੀਅਸਲੀ ਯਾਰ ਉਹਦਾ ਏਡਾ ਕੀ ਸੀਗਾ, ਬਸ ਰੇਟ ਕਹਿਣ ਲੱਗਿਆ ਮੈਂ ਰੇਟ ਏਡਾ ਕੀ। ਕੀ ਹਾਲ ਨੇ ਸਾਰਿਆਂ ਦੇ, ਆਪਾਂ ਕਾਫੀ ਟਾਈਮ ਬਾਅਦ ਵਲੌਗਿੰਗ ਕਰਦੇ ਪਏ ਹੈ ਨਾ, ਆਹ ਜਿਹੜਾ ਹੈਗਾ ਆਪਣਾ 3-4 ਦਿਨਾਂ ਦੇ ਅਸੀਂ ਵਲੌਗ ਇਕੱਠੇ ਕਰਕੇ ਪਾ ਰਹੇ ਬਿਕੋਜ਼ ਸਾਡੇ ਸ਼ੂਟ ਚੱਲਦੇ ਪਏ ਨੇ ਹੈ ਨਾ, ਅਤੇ ਜਿਹਦੇ ਕਰਕੇ ਸਾਨੂੰ ਵਲੌਗਿੰਗ ਕਰਨ ਦਾ ਮਾਸਾ ਵੀ ਟਾਈਮ ਨਹੀਂ ਮਿਲਦਾ, ਫਿਰ ਜੋ ਮਾੜੀ ਮੋਟੀ 1-2 ਮਿੰਟ ਦੀ ਵਲੌਗਿੰਗ ਹੁੰਦੀ ਪਈ ਆ ਉਹ ਅਸੀਂ ਨਾਲ ਨਾਲ ਕਰਕੇ ਅਪਲੋਡ ਕਰਾਂਗੇ ਹੈ ਨਾ। ਕਾਫੀ ਟਾਈਮ ਹੋ ਰਿਹਾ ਸਾਨੂੰ ਵੀਡੀਓ ਪਾਉਣ ਨੂੰ, 4 ਤੋਂ 5 ਦਿਨ ਹੋ ਗਏ ਆਪਾਂ ਨੂੰ ਸ਼ਾਇਦ ਹੈ ਨਾ, 5 ਕੁ ਦਿਨ ਵੀਡੀਓ ਪਾਈ ਨੂੰ ਹੋ ਗਏ, ਅਤੇ ਅੱਜ ਵੀਡੀਓ ਆ ਰਹੀ ਆ,
इस तो बाद असी लाइक जो सा सोंग सगा मतलब भी काफ़ी ज़्यादा तुम सारे लाइक किया ना सूँ बहुत वजिए लग्या तो वो आप बिहाइंड द सीन भी पावे सो स्टे ट्यून्ड वो भी तीन चार दिन बिहाइंड द सीन आएंगे भी तुम भी देखो भी कि खप की आप बाकी सारा शेड्यूल दिखाते पे सके हम आप तो गाइस बाकी हम तुम देख ही लिया होना भी असि कितने वेले होंगे पूरे दिन च लाइक इदा यार बस उधर चले गए इधर चले गए ये तो जस्ट शूट से इतों अलावा एडिटिंग करते हैं वह टाइम अलग रहा तो बाकी जी स्क्रिप्टिंग करते हैं टाइम अलग रहा बाकी यार चैनल ਸਾਡੇ ਸ਼ੇਅਰ ਕਰ ਦਿਓ ਬਿਕੋਜ਼ ਨਾ ਮੈਂ ਨਵੀਂ ਸਕ੍ਰਿਪਟਡ ਵੀਡੀਓ ਬਣਾਇਆ ਕਰੇਗੀ ਨਾਰਮਲ ਵੀਡੀਓ ਨਹੀਂ ਅਸੀਂ ਪਾਇਆ ਕਰਾਂਗੇ ਜਾਂ ਬਲੌਗਿੰਗ ਜਾਂ ਸਕ੍ਰਿਪਟਡ ਵੀਡੀਓ ਬਾਕੀ ਯਾਰ ਅਸੀਂ ਆਪਣੀ ਗੱਲ ਅੱਜ ਦੀ ਵੀਡੀਓ ਹੋਣਾ ਹੋਪ ਤੁਹਾਨੂੰ ਵਧੀਆ ਲੱਗੀ ਹੋਊ ਇਹ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਥੈਂਕਸ।